ਇਹ ਇਧਰੋਂ ਮਿੰਟੂ ਜੀ ਕਿ ਜਿਹੜੇ ਸਾਬਕਾ ਵਿਧਾਇਕ ਨੇ ਕਿ 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 ਢੱਲੋ ਉਹਨਾਂ ਨੂੰ ਤਾਂ ਮੇਰੇ ਖਿਆਲ ਨਾਲ ਹਲੇ ਸੁੱਖ ਦਾ ਸਾਹ ਨਹੀਂ ਆਇਆ ਪਰ ਅਮਿਤ ਰਤਨ ਜੀ ਕਹਿੰਨੇ ਕਿ ਆ ਗਏ ਨੇ ਬਾਹਰ ਨਹੀਂ ਤੁਸੀਂ ਖਬਰ ਦੇ ਰਹੇ ਹੋ ਕਿ ਸਰਪੰਚਾਂ ਨੂੰ ਦੱਸ ਰਹੇ ਹੋ ਕਿ ਕੋਈ ਕੰਮ ਕੁਮੜਿਆ ਤੇ ਕਢਾ ਲਓ ਅਮਿਤ ਰਤਨ ਜੀ ਆ ਗਏ ਨੇ ਜੀ ਆ ਗਿਆ ਆ ਗਿਆ ਕਈ ਵੀਡੀਓ ਚ ਨਹੀਂ ਉਹਦਾ ਰਿਲੈਚ ਬਣਾਉ ਦਿੰਦੇ ਆ ਗਿਆ ਕੌਣ ਆ ਗਿਆ ਤੁਹਾਡੇ ਕਹਿਣ ਦਾ ਹਿਸਾਬ ਨਾਲ ਫਿਰ ਜਿਹੜਾ ਹੁਣੀ ਰਿਲੈ ਬਣਾਉਣਾ ਨੇ ਵੀ ਧੱਕ ਪੱਕੇ ਛੱਟਾ ਕੁੱਟਦਾ ਵੀ ਮੰਦਰੀ ਫੜਾਇਆ ਉਹ ਬਿਲਕੁਲ ਬਿਲਕੁਲ ਤੇ ਭਾਈ ਛੱਟਾ ਕੁੱਟਦਾ ਮੈਂ ਤਾਂ ਇਹ ਹੈ ਨਾ ਜਿਸ ਅੰਦਾਜ਼ ਚ ਤੁਸੀਂ ਗੱਲ ਕਹੀ ਹੈ ਕਿ ਸ਼ਾਇਦ ਤੁਸੀਂ ਕਹਿ ਰਹੇ ਹੋ ਕਿ ਭਾਈ ਜੇ ਕਿਸੇ ਦਾ ਕੰਮ ਅੜਿਆ ਥੋੜਿਆ ਹੈ ਤੇ ਚਲੇ ਜਾਓ ਕਿ ਵਿਧਾਇਕ ਸਾਹਿਬ ਜਿਹੜੇ ਆ ਆ ਗਿਆ ਨੇ ਜੇਲ ਦੇ ਵਿੱਚ ਉਹ ਤਾਂ ਫਿਰ ਉਹ ਬਠਿੰਡੇ ਵਾਲੇ ਦੇਖਣ ਕਿ ਕੀ ਕਰਨਾ ਜਾਨਾ ਕਿ ਨਹੀਂ ਜਾਣਾ ਆ ਨਾ ਹੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ ਨਹੀਂ ਹੁਣ ਅੱਜ ਕੱਲ ਰਿਕਾਰਡਿੰਗਾਂ ਰੱਖਣ ਦੇ ਵੀ ਸ਼ੌਕੀ ਹੈ ਕੋਈ ਗੱਲ ਨਹੀਂ ਆ ਜਾਣ ਦਿਓ ਜੀ ਜੀ ਸੋ ਚੰਗੀ ਗੱਲ ਹੈ ਜੀ ਆਪਦੇ ਘਰੇ ਜਾ ਨ ਜੋ ਹੁਣ ਟ్రਾਇਲ ਚੱਲਣਾ ਹੈ ਟ్రਾਇਲ ਤਾਂ ਚੱਲਣਾ ਪਊਗਾ ਕਿਉਂਕਿ ਤੁਸੀਂ ਅਨੰਤ ਕਾਲ ਵਾਸਤੇ ਜੀ ਕਿਸੇ ਬੰਦੇ ਨੂੰ ਤੁਸੀਂ ਜੇਲ ਚ ਤਾਂ ਨਹੀਂ ਡੱਕ ਸਕਦੇ ਕਿਉਂਕਿ ਜਦੋਂ ਚਲਾਨ ਪੇਸ਼ ਹੋ ਗਿਆ ਪੁੱਛਗਿੱਛ ਹੋ ਗਈ ਉਸ ਤੋਂ ਬਾਅਦ ਕਸਟਡੀ ਦੀ ਕੋਈ ਅਹਿਮਤ ਰੈਂਦੀ ਨਹੀਂ ਹੈ ਇਹੋ ਜਿਹੇ ਮਾਮਲਿਆਂ 'ਚ ਸੋ ਚਲਾਨ ਪੇਸ਼ ਹੋ ਗਿਆ ਸੀਗਾ ਤਾਂ ਹੁਣ ਇਹ ਜਾਣ ਕੇ ਤਾਂ ਬਾਕੀ ਉਹ ਫੋਰੈਂਸਿਕ ਲੈਬ ਦਾ ਜਿਹੜਾ ਸਰਟੀਫਿਕੇਟ ਆ ਆਵਾਜ਼ਬੋਜ ਜਿਹੜਾ ਮਤਲਬ ਮਿਲ ਮਲਾਣ ਵਾਲਾ ਕੰਮ ਆ ਉਹ ਹੁਣ ਸਾਰਾ ਟ੍ਰਾਇਲ ਤੇ ਆਏਗਾ ਕਿ ਕੌਣ ਸੱਚਾ ਕੌਣ ਝੂਠਾ ਤੇ ਉਥੇ ਪਤਾ ਲੱਗੂਗਾ ਜਿਵੇਂ ਉਹ ਗਾਣਾ ਸੀ ਨਾ ਅੱਜ ਪਤਾ ਲੱਗੋ ਵੈਲੀਆਂ ਦੇ ਜ਼ੋਰ ਦਾ ਇੱਥੇ ਇੱਥੇ ਪਤਾ ਲੱਗੇਗਾ ਵਕਾਲਤਾਂ ਦੇ ਜ਼ੋਰ ਦਾ ਹਾਂਜੀ ਹੁਣ ਵਕਾਲਤਾਂ ਦਾ ਜ਼ੋਰ ਹੋਏ ਬਿਲਕੁਲ 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 ਜੀ ਤੇ ਇਧਰੋਂ ਇੱਕ ਮੈਂ ਕਮੈਂਟ ਹੋਰ ਐਡ ਆਨ ਕਰ ਲੈਣਾ ਖੁਸ਼ਵੰਤ ਜੀ ਆ ਉਹ ਕਰੇ ਸੀ ਕਿ ਮਾਨ ਸਾਹਿਬ ਪਹਿਲਾਂ ਨਹੀਂ ਗੱਲਾਂ ਭੁੱਲ ਗਿਆ ਜੀ ਕਹਿੰਦੇ ਕਿ ਤਾਂ ਹੁਣ ਤਾਂ ਕਹਿੰਦੇ ਕਿ ਭਾਈ ਕਹਿੰਦੇ ਕਿ ਹੈਲੀਕਾਪਟਰ ਦੇ ਉੱਤੇ ਮੈਚ ਦੇਖਣ ਜਾਂਦੇ ਆ ਮਾਨ ਸਾਹਿਬ ਪਹਿਲਾਂ ਗੱਲਾਂ ਸੀ ਜਿਹੜੀਆਂ ਉਹ ਹੁਣ ਲੱਗਦਾ ਕਹਿੰਦੇ ਕਿ ਭਾਈ ਬਸ ਹੁਣ نیچے ਤੇ ਰੱਖਦੇ ਉਹ ਗਾਣਾਸ ਮੇਰੇ ਖਰਨਾ ਚੰਡੀਗੜ੍ਹ ਦੇ ਨੇ ਆ ਰਹੇ ਨੇ ਪੱਟਿਆ ਹੁਣ ਉਹ ਕਈ ਹੋ ਸਕਦਾ ਕਿ ਰੀਲ ਨੂੰ ਉੱਲੇ ਮੜਾ ਕੇ ਮਾਨ ਸਾਹਿਬ ਤੇ ਉਲਾਦੇ ਨੇ ਨਹੀਂ ਦੇਖੋ ਚਲੋ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਤਾਂ ਕੀ ਹੈ ਕਿ ਇਹ ਤਾਂ ਆਪ ਹੀ ਪਹਿਲਾਂ ਪਟਿਆਲੇ ਰਹਿੰਦੇ ਰਹੇ ਨੇ ਫਿਰ ਚੰਡੀਗੜ੍ਹ ਇੰਨਾ ਤੋਂ ਤਾਂ ਕੋਈ ਕੁਝ ਵੀ ਨਹੀਂ ਇਹ ਤਾਂ ਬਾਹਰਲੇ ਮੁਲਕਾਂ ਤੱਕ ਘੁੰਮੇ ਸੀ ਪਹਿਲਾਂ ਹੀ ਘੁੰਮੇ ਹੋਏ ਨੇ ਵੈਸੇ ਇੱਕ ਗੱਲ ਹੋਰ ਹੈ ਮਿੰਟ ਜੀ ਮਾਫ ਕਰਨਾ ਤੁਹਾਨੂੰ ਮੈਂ ਟੋਕ ਰਿਹਾ ਝੂਟੇ ਵੀ ਇਹਨਾਂ ਨੇ ਬਹੁਤ ਲਏ ਆ ਪਹਿਲਾਂ ਇਹ ਵੀ ਨਹੀਂ ਕਿ ਸੈਂ ਦੇਖੇ ਮੈਂ ਝੂਟੇ ਨੇ ਮਾਰੇ ਝੂਟੇ ਲੈ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਦੇਖੋ ਗੱਲ ਇਹ ਆ ਕਿ ਚਲੋ ਉੱਥੇ ਮੈਚ ਦੇਖਣ ਜਾਂਦੇ ਆ ਤਾਂ ਠੀਕ ਆ ਕੋਈ ਪ੍ਰੋਬਲਮ ਨਹੀਂ ਆ ਜਾ ਕੇ ਮੈਚ ਦੇਖਾਓ ਤੁਸੀਂ ਜੀ ਪਰ ਮੈਚ ਵੇਖਣ ਤੋਂ ਬਾਅਦ ਇੱਕ ਮੈਚ ਇੱਥੇ ਹੀ ਸ਼ੁਰੂ ਕਰ ਲਿਆ ਨੇ ਇਹਨਾਂ ਨੇ ਜੀ ਦੇਖੋ ਸੀਐਮ ਕਿਤੇ ਚਲੇ ਜਾਂਦਾ ਮੈਂ ਕਿਹਾ ਕਿ ਹੁਣ ਸੀਐਮ ਨੂੰ ਤੁਸੀਂ ਕਹੋ ਕਿ ਤੁਸੀਂ ਇਹ ਰੱਖਸ਼ਾ ਲੈ ਲਓ ਤੇ ਬਸ ਉਹਦੇ ਤੇ ਘੁੰਮੀ ਫਿਰੋ ਤੇ ਇਹ ਨਹੀਂ ਆ ਪਰ ਜਿਹੜਾ ਉਹ ਹੈਗਾ ਚਲੋ ਠੀਕ ਆ ਕਿਸੇ ਦੇਖੋ ਗੱਲ ਕੀ ਹੈ ਕਿ ਕਿਸੇ ਕਿਉਂਕਿ ਖੇਡ ਪ੍ਰੇਮੀ ਬਹੁਤ ਆਖੜੇ ਆ ਹਾਂਜੀ ਤੁਹਾਨੂੰ ਸ਼ਾਇਦ ਇਹ ਇਸ ਪੱਖ ਦਾ ਨਹੀਂ ਪਤਾ ਹੋਏਗਾ ਇਹ ਖੇਡ ਪ੍ਰੇਮੀ ਬਹੁਤ ਜ਼ਬਰਦਸਤ ਹੈ ਮੈਨੂੰ ਪਤਾ ਮੈਂ ਕਮੈਂਟਰੀ ਦੇਖੀ ਹੈ ਨਾ ਦੀ ਕਮੈਂਟਰੀ ਨਹੀਂ ਉਹ ਤਾਂ ਚਲੋ ਇੱਕ profession ਦਾ ਹਿੱਸਾ ਸੀਗਾ ਨਾ ਜਦੋਂ ਇਹ ਮਤਲਬ ਕਿ ਸੀਗੇ ਆ ਆਰਟ ਲਾਈਨ ਦੇ ਵਿੱਚ ਜੀ ਤਾਂ ਹੁੰਦਾ ਕੀ ਹੈ ਕਿ ਹੁਣ ਕੋਈ ਬੰਦਾ ਉਹ ਐਂਕਰ ਵੀ ਬਣ ਜਾਂਦਾ ਹੈ ਕਮੇਡੀਅਨ ਵੀ ਹੈ ਅ ਸਿੰਗਿੰਗ ਵੀ ਕਰ ਲੈਂਦਾ ਹੈ ਉਦੇ ਵਾਸਤੇ ਕਮੈਂਟਰੀ ਕੋਈ ਔਖੀ ਨਹੀਂ ਕਮੈਂਟਰੀ ਤੁਸੀਂ ਵੀ ਕਰ ਸਕਦੇ ਹੋ ਜੇ ਤੁਹਾਨੂੰ ਖੇਡ ਬਾਰੇ ਜਾਣਕਾਰੀ ਹੈ ਕਿਉਂਕਿ ਕਮੈਂਟਰੀ ਤਦ ਹੀ ਹੋਏਗੀ ਜੇ ਤੁਸੀਂ ਖੇਡ ਬਾਰੇ ਪੂਰੀ ਜਾਣਕਾਰੀ ਰੱਖਦੇ ਹੋ ਤਾਂ ਇਹਨਾਂ ਨੂੰ ਫੁੱਟਬਾਲ ਕ੍ਰਿਕਟ ਵਾਲੀਬਾਲ ਕਬੱਡੀ ਬਾਰੇ ਬਹੁਤ ਜਾਣਕਾਰੀ ਹੈ ਵਾਹ ਜੀ ਬਹੁਤ ਚਲ ਇਹ ਕ੍ਰਿਕਟ ਵੇਖਣ ਚਲੂ ਚਲੇਗਾ ਕੋਈ ਗੱਲ ਨਹੀਂ ਹੈ ਕਿਉਂਕਿ ਜੇ ਤੁਸੀਂ ਇਹਨਾਂ ਆਪਣਾ ਰਾਜਨੀਤਿਕ ਜੀਵਨ ਦੇ ਵਿੱਚ ਬਈ ਸਟ੍ਰੈਸ ਚਲਦੇ ਹੋ ਤਾਂ ਜਾਓ ਤੁਸੀਂ ਕੋਈ ਵੱਡੀ ਗੱਲ ਨਹੀਂ ਪਰ ਰੌਲਾ ਤੇ ਇਹ ਹੈ ਨਾ ਕਿ ਜਦੋਂ ਤੁਸੀਂ ਕਰਨਾਟਕ ਨੂੰ ਚਲੇ ਜਾਂਦੇ ਹੋ ਜੀ ਜਦੋਂ ਤੁਸੀਂ ਗੁਜਰਾਤ ਨੂੰ ਚਲੇ ਜਾਂਦੇ ਹੋ ਤੇਲੰਗਾਨਾ ਚ ਚਲੇ ਜਾਂਦੇ ਹੋ ਤਾਂ ਉਹਦੇ ਵਿੱਚ ਸਾਡਾ ਕੀ ਹਾਸਲ ਹੈ ਉਹ ਨਹੀਂ ਦੱਸਦੇ ਤੁਸੀਂ ਈਵਨ ਥੈਟ ਕਿ ਤੁਸੀਂ ਇਹ ਵੀ ਨਹੀਂ ਦੱਸਦੇ ਕਿ ਖਰਚਾ ਕਿੰਨਾ ਹੋਇਆ ਹੈ helicopter ਦਾ ਕਿੰਨੇ ਤੁਹਾਡੇ ਨਾਲ ਸੁਰੱਖਿਆ ਗਾਰਡ ਜਾਂਦੇ ਆ ਸੂਚਨਾਵਾਂ ਦੇਣ ਤੋਂ ਹੀ ਤੁਸੀਂ ਹੁਣ ਮਨਾਹੀ ਕਰ ਦਿੰਨੇ ਹੋ ਬਿਲਕੁਲ ਅੱਜ ਟ੍ਰਿਬਿਊਨ ਚ ਲੱਗੀ ਵੀ ਪਈ ਹੈ ਮੇਰੇ ਖਿਲਾਫ ਦੇ ਨਾਲ ਇੱਕ ਰਿਪੋਰਟ ਕਿ ਉਸਤਨ 600 ਅਪੀਲ ਪੈ ਰਹੀ ਹੈ ਡਿਨਾਈਲ ਦੀ ਤੁਸੀਂ ਇਨਫੋਰਮੇਸ਼ਨ ਨਹੀਂ ਦੇ ਰਹੇ ਤਾਂ ਐਵਰੇਜ 1 ਮਹੀਨੇ ਦੀ 600 ਕੇ 700 ਅਪੀਲ ਪੈਣ ਰਹੀ ਆ ਉੱਤੇ ਹਾਇਰ ਅਥਾਰਟੀ ਚ ਤਾਂ ਦਿਓ ਜਾਣਕਾਰੀ ਬਿਲਕੁਕ ਤੁਹਾਨੂੰ ਦੱਸਣਾ ਤੇ ਬਣਦਾ ਹੈ ਨਾ ਕਿ ਤੁਸੀਂ ਉੱਥੇ ਜਾਂਦੇ ਹੋ ਸਟਾਰ ਪ੍ਰਚਾਰਕ ਦੇ ਤੌਰ ਤੇ ਕਦੀ ਇੱਧਰ ਕਦੀ ਉੱਧਰ ਤਾਂ ਉਹਦੇ ਚੋ ਹਾਸਲ ਕੀ ਹੋ ਰਿਹਾ ਹੈ ਜੇ ਤੁਸੀਂ ਪਾਰਟੀ ਦੇ ਪ੍ਰਚਾਰਕ ਹੋ ਤਾਂ ਪਾਰਟੀ ਦੇ ਖਰਚੇ ਤੇ ਜਾਓ ਯਾਰ ਜੀ ਇੱਕ ਚੀ ਹੋਰ ਮਿੰਟੂ ਜੀ ਹੁਣ ਤੱਕ ਮਿਸ਼ਨ ਦੇ ਵਿੱਚੋਂ ਮੇਰੇ ਖਿਆਲ ਨਾਲ ਜਿੰਦਾਂ ਕਿ ਪੀਆਈਏ ਨੂੰ ਪਹਿਲਾਂ ਪੈਨਲਟੀ ਪੈ ਜਾਂਦੀ ਸੀ ਹੁਣ ਤਾਂ ਉਹ ਵੀ ਮਾਮਲੇ ਘਟ ਗਿਆ ਪਹਿਲਾਂ ਬੜੀਆਂ ਖਬਰਾਂ ਆਪ ਦੇਖਦੇ ਸੀ ਨਾ ਕਿ ਪੈਨਲਟੀ ਪੈ ਗਈ ਆ ਹਾਂ ਜੀ ਹੁਣ ਤੋਂ 1000 ਰੁਪਏ ਪੈ ਗਏ 1000 ਰੁਪਏ ਪੈ ਗਈ 10000 ਰੁਪਏ ਪੈ ਗਈ 5000 ਰੁਪਏ ਪੈ ਗਈ ਹੁਣ ਤੋਂ ਵਿੱਚ ਜਿਨ੍ਹਾਂ ਨੇ ਕਾਨੂੰਨ ਬਣਾਏ ਸੀਗੇ ਜਿਨ੍ਹਾਂ ਨੇ ਆਰਟੀਆਈ ਵਾਸਤੇ ਲੜਾਈ ਲੜੀ ਸੀਗੀ ਉਹੀ ਤੇ ਅੱਜ ਕੱਲ ਆਰਟੀਆਈ ਦੇ ਗਿੱਟੇ ਛਾਂਗਣ ਡਏ ਨੇ ਚਲੋ ਕੋਈ ਗੱਲ ਨਹੀਂ ਸ਼ਾ ਇਧਰੋਂ ਇੱਕ ਸਵਾਲ ਆ ਗਿਆ ਮਿੰਟੂ ਜੀ ਫਿਰ ਆਪਾਂ ਅੱਗੇ ਚੱਲਦੇ ਆ ਜ ਚਰਨਜੀਤ ਸ਼ੈਲੀ ਇਹ ਕਰਾਇਆ ਕਿ ਜੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਲੱਖਾਂ ਦਾ ਕਰਜ਼ਾ ਉਹ ਐਨਪੀਏ ਕਰ ਦਿੰਦਿਆਂ ਨੇ ਸਰਕਾਰਾਂ ਪੰਜਾਬ ਬਾਰੇ ਕੋਈ ਬੋਲਦਾ ਹੀ ਨਹੀਂ ਹੈ ਜੀ ਕਹਿੰਦੇ ਕਿ ਨਾ ਕਿਸਾਨ ਤੇ ਨਾ ਸਰਕਾਰਾਂ ਨਾ ਕਿਸਾਨ ਜਿੱਥੇ ਬੰਦੀਆਂ ਬੋਲਦੀਆਂ ਨੇ ਨਾ ਉਗਰਾਹ ਸਾਹਿਬ ਬੋਲੇ ਨਾ ਡੱਲੇਵਾਲ ਸਾਹਿਬ ਨਾ ਸਿੱਧੂਪੁਰ ਕੋਈ ਵੀ ਨਹੀਂ ਬੋਲਦਾ ਜੀ ਨਹੀਂ ਪਹਿਲੀ ਗੱਲ ਐਨਪੀਏ ਤੇ ਰਾਈਟ ਆਫ ਦੋ ਚੀਜ਼ਾਂ ਨੇ ਇਹਦੇ 'ਚ ਤੁਸੀਂ ਟਰਮਾਂ ਨੂੰ ਸਮਝੋ ਐਨਪੀਏ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦਾ ਕਰਜ਼ਾ ਮਾਫ ਕਰ ਦਿੱਤਾ ਜੀ ਐਨਪੀਏ ਦਾ ਮਤਲਬ ਹੁੰਦਾ ਨੌਨ ਪਰਫਾਰਮਿੰਗ ਐਸੈਟ ਜਦੋਂ 3 ਮਹੀਨੇ ਕੋਈ ਕਿਸ਼ਤ ਨਾ ਮੁੜੇ ਫਰਜ਼ ਕਰੋ ਤੁਸੀਂ ਇੱਕ ਸਕੂਟੀ ਲੈ ਲਈ ਆ ਜੀ ਸਕੂਟੀ ਲੈ ਲਈ ਸਕੂਟੀ ਇਸ ਕਰਕੇ ਜ਼ੁਬਾਨ ਤੇ ਆ ਗਈ ਕਿ ਮੈਂ ਵੀ ਕਿਸ਼ਤਾਂ ਤੇ ਲਈ ਆ ਪਿਛਲੇ ਦਿਨੀ ਚਲੋ ਅੱਛਾ ਮੰਨ ਲਓ 3 ਮਹੀਨੇ ਬਧਾਈਆਂ ਦਈਏ ਕਿ ਨਹੀਂ ਵਧਾਈਆਂ ਕਾਦੀਆਂ ਕਰਜ਼ਾਈ ਹੋ ਗਿਆ ਇੱਕ ਕਿਸ਼ਤ ਹੋਰ ਜਾਣੀ ਆ ਇਹ ਵਧਾਈਆਂ ਕਾਦੀਆਂ ਘਟਾਈਆਂ ਕਰੋ ਸਗੋ ਹੱਥ ਹੱਥ ਫਟਾਓ ਸ਼ਾਮ ਨੂੰ ਘਰੇ ਆ ਕੇ ਰੋਟੀ ਨਹੀਂ ਖਾਣੀ ਅੱਜ ਤੁਸੀਂ ਹਾਂਜੀ ਚਲੋ ਇੱਥੇ ਆ ਗਏ ਚਲੋ ਆਪਾਂ ਇੱਥੇ ਠੱਪ ਕਰ ਦਿੰਦੇ ਹਾਂ ਹੁਣ ਦੇਖੋ ਗੱਲ ਇਹ ਆ ਕਿ 3 ਮਹੀਨੇ ਮੰਨ ਲਓ ਕਿਸ਼ਤ ਨਹੀਂ ਮੁੜੀ ਜੀ ਜੈਸ ਬੈਂਕ ਤੋਂ ਆਪਾਂ ਲੋਨ ਲਿਆ ਵਾ ਤਾਂ ਉਹ ਸਿੱਧੇ ਤੌਰ ਤੇ ਕੀ ਹੋ ਗਿਆ ਉਹਦੇ ਵਾਸਤੇ ਕਿ ਨੌਨ ਪਰਫਾਰਮਿੰਗ ਹੈ ਇਸਟੈਂਡ ਜੀ ਐਸੈਟ ਹੈ ਠੀਕ ਹੈ ਨਾ ਜੀ ਕਿ ਉਹ ਮਤਲਬ ਕਿ ਸਾਡੇ ਲਈ ਕੋਈ ਵੱਧਾ ਫੁੱਲਦਾ ਨਹੀਂ ਪਿਆ ਜੀ ਆ ਸਿਸਟਮ ਹੁੰਦਾ ਜੀ ਤਾਂ ਉਸ ਤੋਂ ਬਾਅਦ ਉਹ ਤੁਹਾਨੂੰ ਐਨਪੀਏ ਚ ਪਾ ਦੇਣਗੇ ਮੈਂ ਇੱਕ ਮਤਲਬ ਕਿ ਮਿਸਾਲ ਦੱਤੀ ਹੈ ਚਲੋ ਘਰੇਲੂ ਮਿਸਾਲ ਆ ਜੀ ਕਿਸ ਤਰ੍ਹਾਂ ਤੁਸੀਂ ਮੰਨ ਲਓ ਕਿਸੇ ਫੈਕਟਰੀ ਵਾਸਤੇ ਲਿਆ ਕਰਜ਼ਾ ਲਿਆ ਤੇ ਉਸ ਕਰਜ਼ੇ ਨੂੰ ਤੁਸੀਂ 3 ਮਹੀਨੇ ਮੋੜਿਆ ਨਹੀਂ ਤਾਂ ਉਹ ਐਨਪੀਏ ਚ ਪੈ ਜਾਊਗਾ ਇਹਦਾ ਮਤਲਬ ਇਹ ਨਹੀਂ ਹੈ ਕਿਉਂ ਤੁਹਾਨੂੰ ਮਾਫ ਹੋ ਗਿਆ ਕਿ ਤਿੰਨ ਮਹੀਨੇ ਕਿਸ਼ਤ ਨਹੀਂ ਭਰੀ ਤੁਸੀਂ ਤੇ ਉਹ ਮਾਫ ਹੋ ਗਿਆ ਨਹੀਂ ਉਹ ਐਨਪੀਏ ਦੀ ਸੂਚੀ 'ਚ ਆ ਜਾਏਗਾ ਕਿ ਨੌਨ ਪਰਫਾਰਮਿੰਗ ਪਰਫਾਰਮ ਨਹੀਂ ਕਰ ਰਿਹਾ ਪਰ ਉਹ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਇਸੇ ਤਰ੍ਹਾਂ ਰਾਈਟ ਆਫ ਹੈ ਜਿਸ ਨੂੰ ਆਪਾਂ ਕਹਿੰਨੇ ਕਿ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਰਾਈਟ ਆਫ ਕਰ ਦਿੱਤਾ ਹੈ ਰਾਈਟ ਆਫ ਦਾ ਮਤਲਬ ਇਹ ਹੈ ਕਿ ਉਹ ਇੱਕ ਤਰ੍ਹਾਂ ਨਾਲ ਹਟਾ ਦਿੱਤਾ ਬੈਲੈਂਸ ਸ਼ੀਟ ਤੋਂ ਜੇ ਤੁਸੀਂ ਹੁਣ ਦੇਖੋਗੇ ਬੜੀਆਂ ਥੋੜੀਆਂ ਗੁੰਝਲਦਾਰ ਹੁੰਦੀਆਂ ਨੇ ਜਿਵੇਂ ਆਰਬੀਆਈ ਦੀ ਹੁਣ ਰਿਪੋਰਟ ਆਈ ਹਾਲ ਦੇ ਦਿਨਾਂ 'ਚ ਸਾਰੇ ਬੈਂਕ ਮੁਨਾਫੇ 'ਚ ਆ ਗਏ ਨੇ ਜੀ ਉਹਦਾ ਵੱਡਾ ਕਾਰਨ ਇਹੀ ਸੀਗਾ ਕਿ ਐਨਪੀਏ ਜਾਂ ਜਿਹੜੇ ਇਹ ਸੀਗੇ ਬੈਡ ਲੋਨ ਸੀਗੇ ਇਹਨਾਂ ਨੂੰ ਬੈਡ ਲੋਨ ਕਹਿੰਦੇ ਆ ਉਹ ਰਾਈਟ ਆਫ ਕਰ ਦਿੱਤੇ ਗਏ ਤਾਂ ਉਹਨਾਂ ਨੂੰ ਵਟੇ ਖਾਤੇ 'ਚ ਆਪਾਂ ਕਹਿ ਸਕਦੇ ਹਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਇੱਕ ਸਹੂਲਤ ਦਿੱਤੀ ਜਾਂਦੀ ਹੈ ਉਹ ਸਖਤਾਈ ਨਹੀਂ ਕੀਤੀ ਜਾਂਦੀ ਜੋ ਆਮ ਬੰਦੇ ਤੋਂ ਵਸੂਲੀ ਵੇਲੇ ਕੀਤੀ ਜਾਂਦੀ ਹੈ ਪਰ ਇਹ ਕਹਿ ਦੇਣਾ ਕਿ ਐਨਪੀਏ ਹੋ ਗਿਆ ਤਾਂ ਸਾਰਾ ਕੁਝ ਹੋ ਗਿਆ ਉਹ ਮੈਂ ਥੋੜਾ ਜਿਹਾ ਕਲੀਅਰ ਕਰ ਦੇਵਾਂ ਜੀ ਜੀ ਇਹ ਨਹੀਂ ਹੈ ਕਿ ਵਸੂਲੀ ਦੀ ਪ੍ਰਕਿਰਿਆ ਰੁਕ ਜਾਏਗੀ ਪਰ ਉਹ ਹੁੰਦਾ ਕੀ ਹੈ ਕਿ ਬਹੁਤ ਕਈ ਹਜ਼ਾਰ ਕਰੋੜ ਕਰਜ਼ਾ ਉਹ ਲੈਂਦੇ ਨੇ ਕਾਰਪੋਰੇਟ ਘਰਾਣੇ ਫਿਰ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਦਿਵਾਲੀਆ ਲਾਣ ਦਿੰਦੇ ਆ ਜਦ ਕਿ ਉਹ ਪੈਸਾ ਕਿਸੇ ਹੋਰ ਤਰੀਕੇ ਨਾਲ ਉਹ ਬਾਹਰ ਭੇਜ ਦਿੰਦੇ ਆ ਇਹ ਠੱਗੀ ਠੋਰੀ ਬਹੁਤ ਵੱਡੇ ਪੱਦਰ ਤੇ ਆ ਜੀ 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 ਬਿਲਕੁਲ ਬਿਲਕੁਲ ਮੈਂਟ ਹੈ ਬਾਕੀ ਕਿਸਾਨਾਂ ਦਾ ਕਰਜ਼ਾ ਦੇਖੋ ਮਾਫ ਕਰਨ ਤੋਂ ਕੋਈ ਨਹੀਂ ਰੋਕਦਾ ਹਾਂ ਜੀ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਜੀ ਕੋਈ ਸੜਕਾਂ ਤੇ ਆਇਆ ਕਿ ਨਾ ਕਰੋ ਵੀ ਇਹਨਾਂ ਦਾ ਕਰਜ਼ਾ ਨਾਲ ਹਾਂ ਜੀ ਫਿਰ ਇਹ ਆ ਕਿ ਸਰਕਾਰ ਨੇ ਉਸ ਟਾਈਮ ਕੀਤੀ ਕੀ ਚਲਾ ਕੇ ਜੀ ਕਿ ਮੰਡੀ ਬੋਰਡ ਦੀ ਜਿਹੜੀ ਆਮਦਨ ਸੀ ਉਹ ਗੈਣੇ ਪਾਤੀ ਹੁਣ ਗੱਲ ਤੇ ਇਹ ਆ ਕਿ ਪਿਓ ਦੀ ਪੱਗ ਵੇਚ ਕੇ ਕਿਉਂ ਖਾਣ ਦਾ ਫਾਇਦਾ ਕੀ ਆ ਦੱਸੋ ਬਣੋ ਕੀ ਆਪਣੀ ਕਮਾਈ ਨੂੰ ਗਹਿਣਾ ਪਾ ਕੇ ਇਸ ਤਰ੍ਹਾਂ ਦੀ ਇੱਕ ਵੋਟ ਮੁਖੀ ਰਾਜਨੀਤੀ ਅੱਗੇ ਵਧਾਓਗੇ ਤੱਕੀ ਆ ਤੁਸੀਂ ਕਿਸਾਨ ਨੂੰ ਜਾਂ ਤਾਂ ਪੂਰਾ ਉਹਨੂੰ ਆਪਣੇ ਪੈਰਾਂ ਤੇ ਕਰ ਦਿਓ ਜਾਂ ਖੁਦ ਪੈਰਾਂ ਤੇ ਹੋ ਜਾਓ ਸਰਕਾਰ ਖੁਦ ਪੈਰਾਂ ਤੇ ਹੋ ਜਾਵੇ ਕਿ ਲਿਆ ਬਈ ਚੱਕੋ ਜਿੰਨਾ ਮਰਜ਼ੀ ਕਫਾ ਚੱਕੋ ਬਿਲਕੁਲ ਬਿਲਕੁਲ ਜੀ